ਬਾਬੇ ਰਾਤ ਬਈ ਅਸੀਂ ਵਿਆਹ ਤੇ ਗਏ ਸੀ, ਸਾਰਿਆਂ ਨੇ ਮਾਰ ਲਿਆ ਗੰਢੇ ਖਾਈਗਾ ਖਾਈਗਾ ਬਰਾ ਆਪਾਂ ਕਹਿੰਦਾ ਜਦੋਂ ਕਹਿੰਦਾ ਮੇਰੇ ਨਾਲ ਪੈ ਜਾ ਤੂੰ ਮੈਂ ਪੈਗਾ ਮੇਰਾ ਪਰਦ ਮਾਰ ਮਾਰੀ ਸਾੜਦਾ ਮੇਰੇ ਬਾਪੇ ਨੂੰ ਯਾਰ ਆ ਗਿਆ ਰਾਤ ਇਹ ਤਾਂ ਜੱਬਲਾਂ ਤੋਂ ਵੀ ਟੱਪਿਆ ਪਿਆ ਹੋਏ ਕਹਿੰਦਾ ਜੱਬਲਾਂ ਵਾਲੀ ਗੱਲ ਆ ਉਹਨੂੰ ਤਾਂ ਪਰਦ ਨੂੰ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਰੋਕ ਸਕਦਾ ਹੈਗਾ ਤੂੰ ਗੱਲਾਂ ਮਰੀ ਜਾਂਦੇ ਹੋ ਚੱਲ ਚੰਗਾ ਫਿਰ ਮੈਂ ਜਾਂਦਾ ਹੁਣ ਵਾਲੇ ਆਪੇ ਤਾਂ ਖਾਣ ਨੂੰ ਹੋਣਾ ਚੰਗਾ ਆ ਦੇਖੋ ਜੱਬਲ ਜਾ ਕੇ ਮੈਂ ਸਮਗੂ ਪੱਟ ਕੇ ਜਾਏਗਾ ਜੱਬਲ ਜਾਣੇ ਮੈਨੂੰ ਤਾਂ ਬਾਤਾਂ ਲਾਦੇ ਯਾਰ ਮੈਂ ਤਾਂ ਹਜੇ ਰੋਟੀ ਖਾਣੀ ਸੀ ਰੋਟੀ ਖਾਣ ਦਾ ਵੀ ਨਹੀਂ ਜੀ ਕਰਨਾ ਹੁਣ ਤਾਂ ਚੱਲ ਘਰੇ ਜਾਂਦੀ ਉਹ ਬੈਠਾ ਬੜਾ ਆ ਹੁਣ ਕਹਿ ਤੂੰ ਸੰਨੀ ਰਾਹ ਇਤਰੀ ਟੱਪ ਚੱਲਦੇ ਹਟ ਜਾ ਓਏ ਕੀ ਹੋ ਗਿਆ ਕੀ ਆ ਉਹ ਸੰਨੀ ਲਾ ਦੇ ਮੈਂ ਹੁਣ ਹੀ ਰੋਂਦਾ ਹੈਗਾ ਔਰ ਲਾ ਦੇ ਯਾਰ ਪਹਿਲੀ ਵਾਰ ਆਖਾ ਜਦ ਨੂੰ ਲਾ ਨਾ ਜਾਣ ਔਰ ਪਹਿਲੀ ਵਾਰ ਆਖਾ ਜੱਬੜੇ ਨੂੰ ਇਹਨੇ ਪਤਾ ਕੀ ਚੰਦ ਚਾੜੇ ਹੋਵੇ ਬਾਪੂ ਓ ਸੰਨੀ ਦਾ ਘਰ ਲਾ ਹੁਣ ਮੈਂ ਆਰਾਮ ਕਰਦਾ ਬਈ ਕੇ ਕਰ ਲਾ ਰਾਮਾ ਇੰਨਾ ਛੇਤੀ ਕੇ ਮੇਰ ਲਾਤੀ ਮੈਂ ਆਈ ਲਾਤੀ ਚੜ ਮੈਂ ਦੇਖ ਕੇ ਹੁਣਾ ਮੈਂ ਨੇ ਹੱਦੀ ਕਰਤੀ ਪਸ਼ੂ ਆ ਖੁਰਲੀਆਂ ਦਾ ਖਾਲੀ ਪੰਜਾਂ ਉਹ ਮੈਂ ਆ ਕੁੱਤੇ ਨੂੰ ਧਰ ਗਿਆ ਉਹ ਜੱਬਲਾਂ ਵਾਲੇ ਜੱਬਲੀ ਹੈ ਉਹ ਇਹਨਾਂ ਕੁੱਤਾ ਤੂੜੀ ਨਾ ਖਾ ਜੇ ਮਰ ਜੇ ਇਹਦਾ ਕੁੱਤੇ ਨੂੰ ਧਰ ਗਿਆ ਚਾੜਨਾ ਕਟਾਪਾ ਕੁੱਤੇ ਨੂੰ ਕਦੋਂ ਮੈਂ ਪਸ਼ੂਆਂ ਨੂੰ ਆਖਿਆ ਸੀ ਮੈਨੂੰ ਕੀ ਪਤਾ ਤੂੰ ਕੁੱਤੇ ਨੂੰ ਰੋਏਗਾ ਜੱਬਲੀ ਆ ਤੂੰ ਤਾਂ ਜੱਬਲ ਓਏ ਨਾ ਜੱਬਲ ਜਾ ਤੂੰ ਹੁਣ ਦਾਜ ਜਾ ਵਾਲੀ ਰਹਿਣ ਲੱਗ ਗਿਆ
ਅੱਗੇ ਤਾਂ ਤੂੰ ਸਾਡੀ ਇੰਨੀ ਹਾਸੀ ਕਢਾਉਂਦਾ ਸੀ। ਕਾਣੂ ਯਾਰ ਮੈਂ ਯਾਰ ਗੱਲ ਪੁੱਛ ਕੇ ਭੱਲੇ ਨਾ ਵਰਾ ਆਪਾਂ ਕਹਿੰਦਾ ਹਨਾ ਕਹਿੰਦਾ ਸੰਨੀ ਰਲਾ ਦੇ ਪਸ਼ੂਆਂ ਨੂੰ ਹਨਾ ਤੇ ਮੈਂ ਜਦੋਂ ਰਲਾਉਂਗਾ ਫਿਰ ਕਿ ਭੱਲ ਗਿਆ ਹਨਾ ਵੀ ਕਿਹਨੂੰ ਰਲਾਉਣੇ ਮੈਂ ਜਾ ਕੇ ਕੁੱਤੇ ਰਲਾ ਦੀ ਉਹਨੇ ਮੈਨੂੰ ਕੁੱਤੇ ਤਾਂ ਕਰਕੇ ਦਾ ਹਜ਼ਾਰ ਰਹਿਣਾ ਮੈਂ। ਅੱਛਾ ਕੰਮ ਤਾਂ ਇਹਦੇ ਜਮਾਂ ਜੱਬਲਾਂ ਵਾਲੀ ਆ ਜਿਹਨੂੰ ਮੈਂ ਕਿਹਾ ਕੰਮ ਤੇਰੇ ਵਧੀਆ ਨੇ ਫਿਰ ਤਾਂ ਮੈਨੂੰ ਕੁੱਟਦਾ ਨਹੀਂ ਜੇ ਐਂ ਕਹਿਤਾ ਵੀ ਤੇਰੇ ਕੰਮ ਤਾਂ ਜਮਾਂ ਸੜੇ ਆ ਫਿਰ ਮੈਨੂੰ ਕੁੱਟੂ ਆਪਾਂ ਤਾਂ ਬਚਣਾ ਹੀ ਆ ਚੱਲ ਕੁਛ ਮਰਜ਼ੀ ਕਰੇ ਆਪਦਾ ਉਹ ਤੇਰਾ ਬਾਪ ਤੇਰਾ ਬਾਪੂ ਤਾਂ ਜਮਾ ਗਲਤ ਆ ਓਏ ਕਿਉਂ ਸੰਨੀ ਤੇ ਕੁੱਤੇ ਨੂੰ ਰਲਾਉਂਦੇ ਹੁੰਦੇ ਆ ਅੱਛਾ ਯਾਰ ਹੋਰ ਚੱਲ ਫਿਰ ਮੈਂ ਉਹਨੂੰ ਕਹਿਣਾ ਜਾ ਕੇ ਕਹਿ ਦੀ ਠੀਕ ਚੱਲ ਚੰਗਾ ਆੜੀ ਜੀ ਯਾਰ ਮੱਝ ਨੇ ਬੀਬੀ ਕਰਤੀ ਭੈਣਾ ਮੇਰੇ ਜਵਾਕ ਮੂੰਗੂ ਪੁੱਠੀ ਆ ਵੀ ਤੜ ਦੇ ਕਰ ਦਾਂਗੇ ਸਿੱਧੀ ਸ਼ਾਮ ਨੂੰ ਤੜ ਦੇ ਬਾਪੂ ਤੂੰ ਮੈਨੂੰ ਉਹੀ ਕੁੱਟਾ ਮੇਰੇ ਦੋਸਤ ਕਹਿੰਦਾ ਤੂੰ ਕੁੱਤੇ ਨੂੰ ਛੰਡੀ ਰਲਾਉਂਦੇ ਹੁੰਦੇ ਨੇ ਤੂੰ ਹੀ ਮੈਨੂੰ ਕੁੱਟਦਾ ਗਲਤ ਓਏ ਕੁੱਤੇ ਨੂੰ ਛੰਡੀ ਕਿੱਥੇ ਰਲਾਉਂਦੇ ਹੁੰਦੇ ਆ ਮੈਨੂੰ ਮੇਰੇ ਦੋਸਤ ਨੇ ਦੱਸਿਆਗਾ ਉਹ ਕੁੱਤੇ ਨੂੰ ਨਹੀਂ ਲਾਉਂਦੇ ਹੁੰਦੇ ਮੰਨ ਲੈ ਹੁਣ ਮੈਂ ਵੀ ਤੂੰ ਜਾਣ ਕੇ ਕਹਿਣਾ ਹੁਣ ਵੀ ਕੁੱਤੇ ਨੂੰ ਲਾਉਂਦੇ ਹੁੰਦੇ ਨੇ ਮੈਨੂੰ ਮੇਰੇ ਦੋਸਤ ਨੇ ਦੱਸਿਆ ਨਾ ਦੋਸਤ ਨੇ ਦੱਸਿਆ ਦੋਸਤ ਦਾ ਬਾਲਾ ਕੋਈ ਦੱਸ ਨਹੀਂ ਮੈਨੂੰ ਮੰਨਣੀ ਤਾਂ ਹੈ ਨਹੀਂ ਜੋ ਕੰਮ ਦਾ ਸੱਥ ਚ ਗੇੜਾ ਮਾਰ ਕੇ ਆਉਣਾ ਚੰਗਾ ਉਹ ਤਾਂ ਬਣਾ ਤੈਨੂੰ ਕੰਮ ਹੀ ਨਹੀਂ ਹੈਗਾ ਬਾਲਟੀ ਉਹ ਦੇ ਪਈ ਉਹਦੇ ਤੇ ਮੱਝੀ ਦੇ ਸੰਤ ਤਾਂ ਹੈ ਨਹੀਂ ਗੇ ਬਾਪੂ ਨੂੰ ਕਹਿਣਾ ਹੋਵੇ ਬਾਪੂ ਓ ਮੈਂ ਤੇ ਥਾਂ ਤਾਂ ਹੈ ਨਹੀਂ ਗੇ ਮੈਂ ਤੇ ਥਾਂ ਨਾ ਹੈ ਨਹੀਂ ਗੇ ਦਿਖਾ ਕੇ ਨਾ ਮਾਰ ਹੈ ਨਹੀਂ ਹਾਂ ਅਰੇ ਬਾਲਟੀ ਦਾ ਧਰ ਦੇ ਥਾਂ ਕੌਣ ਲੈ ਗਿਆ
ਤੂੰ ਦਿਮਾਗ ਦਾ ਲਾ ਲੂਜ ਕਰਾ ਲਾ ਮੈਥੋਂ, ਤੂੰ ਵੀ ਪੁੱਟਾ ਜਾਂਦਾ, ਤੂੰ ਹਰ ਖਾ ਜਾਂਦਾ ਮੈਨੂੰ। ਫਿਰ ਤੇਰੇ ਦਿਮਾਗ ਨੂੰ ਹੋਇਆ ਕੀ ਆ, ਉਹਦੀ ਭੁੱਲ ਜਾਂਦਾ ਤੂੰ ਸੰਨੀ ਵੀ ਕੀ ਕੌਣ ਖਾਂਦਾ ਸੰਨੀ, ਤੇ ਦੁੱਧ ਕਿਹੜੀ ਮੱਝ ਦਿੰਦੀ ਆ ਉਹਨੂੰ ਕੱਟੀ ਨੂੰ ਚੋਈ ਨਾ। ਉਹ ਕੁਛ ਨੀ ਲੋਟ ਭਤੀਜਾ, ਕਿਵੇਂ ਕੀ ਇਹਦੇ ਗੱਲ ਹੀ ਨੀ ਰਹਿੰਦੀ ਦਿਮਾਗ ਚ ਕੋਈ, ਉਹਦੀ ਭੁੱਲ ਜਾਂਦਾ। ਆਪਣੇ ਪਿੰਡ ਇੱਕ ਬੈਦ ਆਇਆ, ਉਹ ਦਿਮਾਗ ਦਾ ਵਾਲਾ ਸਹਿਣਾ ਹੈ, ਉਹਨੇ ਕਈ ਚੱਪਲਾਂ ਨੂੰ ਠੀਕ ਕੀਤਾ। ਅੱਛਾ, ਮੈਂ ਉਹ ਦਵਾਈ ਲੈ ਕੇ ਆਉਣਾ। ਆਪਾਂ ਤਾਂ ਤੰਨੀ ਚੱਲ ਵੜਦੇ ਆ, ਤੁਸੀਂ ਕਾਹਨੂੰ ਖਿੱਚ ਲਾ ਕੇ ਕਰਨੀ ਆ, ਮੈਂ ਜਾ ਆਉਣਾ। ਚੱਲ ਤੂੰ ਜਾ ਆ, ਭੱਜ ਕੇ ਦਬਾਈ ਨਹੀਂ ਪੂਰੀ ਆ ਰਹਾ ਮੇਰਾ ਬੱਸ। ਉਹ ਲੈ ਆਇਆ? ਹਾਂ ਚੱਲ। ਹਾਂ ਚਾਚਾ, ਉਹਨੇ ਆਖਿਆ ਵੀ ਪਾਣੀ ਤਾਂ ਬਣਾ ਲੈਣੀ ਆ, ਜੇ ਪਾਣੀ ਨਾ ਲੈਣੀ ਇਹਨੇ ਅਸਰ ਨਹੀਂ ਕਰਨਾ। ਅੱਛਾ, ਕਦੋਂ ਕਾ ਲੈਣੀਆਂ, ਹੁਣੀ ਲੈ ਲੈ। ਹਾਂ ਲੈ ਲੈ ਹੁਣ ਲੈ। ਓਏ ਲੈ ਵਾਪੀ ਲੈ। ਕਿੰਨੇ ਰੁਪਏ ਲੈਤੇ ਉਹਨੇ? ਮੈਂ 20 ਰੁਪਏ ਲੈਤੇ ਆ। 20 ਰੁਪਏ ਆਈ ਨਹੀਂ ਆ ਇਹਨੂੰ ਪੁੱਛੀ ਆਈ ਆ ਇਹ? ਹਾਂ ਆਈ ਆ, ਪਾਲੇ ਮੂੰਹ ਚ ਬਸ। ਹੋਰ ਹੋਰ ਤਾਂ ਨਹੀਂ ਚੱਕ ਲਿਆ ਕੋਈ? ਨਾ ਉਹੀ ਆ, ਹੁਣ ਤਾਂ ਹੋ ਜੀ ਲੱਗ ਗਈ ਯਾਰੇ। ਮੈਨੂੰ ਤਾਂ ਚੱਲ ਖਾ ਲਾ। ਤੂੰ ਫੱਕਾ ਮਾਰ ਯਾਰ, ਚੱਟੀ ਜਾਂਦਾ ਇਹਨੂੰ ਕੌੜੀ ਵਾਲੀ ਆ। ਉਸ ਨਹੀਂ ਹੁੰਦਾ, ਇੱਕ ਵਾਰ ਫੱਕਾ ਮਾਰ ਤੂੰ। ਚੱਲ ਥੋੜੀ ਜਿਹੀ ਬਾਅਦ ਚੋਂ ਲੈ ਲੂੰਗਾ। ਉਹ ਯਾਰ ਫੱਕਾ ਮਾਰ ਕਿਉਂ ਮਾਰ ਯਾਰ ਫੱਕਾ। ਖੱਟੀ ਵਾਲੀ ਆ, ਕਦੇ ਕੌੜੀ ਕਦੇ ਖੱਟੀ। ਲੈ ਆਹ ਦੇਖ ਲਾ ਹੁਣ, ਹੁਣ ਕਹਿੰਦਾ ਹੀ ਕੌੜੀ ਆ, ਹੁਣ ਇਹਨੂੰ ਖੱਟੀ ਲੱਗਣ ਲੱਗ ਗਈਆਂ, ਇਹ ਵਾਲੀਆਂ ਗੱਲਾਂ ਭੁੱਲਦਾ ਇਹ। ਅੱਗੇ ਤਾਂ ਨਹੀਂ ਬੋਲਦਾ, ਉਹ ਕਹਿੰਦਾ ਜੇ ਸਾਰੀ ਇਕੱਠੀ ਲੈ ਲੈ ਹਜ਼ਾਰ ਵਾਲਾ ਹੋ ਜੂ। ਹਜ਼ਾਰ ਵਾਲਾ ਹੋ ਜੂ ਇਹ? ਹਾਂ, ਪਰ ਮੈਂ ਤਾਂ ਸਾਰੀ ਲੈ ਲਈ। ਕੋਈ ਨਹੀਂ, ਹਜ਼ਾਰ ਹੋ ਜਾਏਗਾ ਹੁਣ ਤੂੰ। ਚੱਲ ਚੰਗਾ ਚਾਚਾ, ਮੈਂ ਜਾਂਦਾ। ਚਾਹ ਚੂ ਪੀ ਜਾਂਦਾ ਬਸ। ਪਾਪੂ ਹੋ ਦਵਾਈ ਨੇ ਪੁੱਠਾ ਅਸਰ ਕਰਤਾ। ਨਹੀਂ ਪਤਾ ਉਹ ਜਵਾਕ ਜਾ ਉਲਟ ਚੱਕ ਲਿਆ, ਡਾਕਟਰ ਤਾਂ ਨਹੀਂ ਗਲਤ ਦਿੰਦਾ, ਉਹ ਜਵਾਕ ਜਾਂ ਹੋਰ ਦਵਾਈ ਚੱਕ ਲਿਆ। ਉਹ ਕਹਿੰਦਾ ਸੀ ਵੀ ਮੈਂ ਉਲਝ ਗਿਆ ਸੀ, ਪਹਿਲਾਂ ਵੀ ਮੈਨੂੰ ਸੱਕ ਲੱਗ ਗਿਆ ਸੀ ਜਦੋਂ ਲੈਂਦਾ ਸੀ ਦਵਾਈ। ਚੱਲ ਇਹਨੂੰ ਸੁੱਕ
ਕਿਉਂ ਪੁੱਤਾਂ? ਵਧੀਆ। ਕਿਵੇਂ ਕਿਵੇਂ ਅਸਰ ਕਰਤਾ ਦਵਾਈ ਨੇ? ਅਸਰ ਤਾਂ ਕਰਤਾ ਦਵਾਈ ਨੇ, ਅੱਜ ਦਿਖਾਉਣਾ ਉਹਦਾ ਬੜਾ ਸ਼ਹਿਰ ਹੋਇਆ। ਇਹਨੂੰ ਕੀ ਪਤਾ ਵੀ ਮੇਰੇ ਕਟਾਪਾ ਜਦੋਂ ਕੋਲ। ਹੋਰ ਦਵਾਈ ਚੱਕ ਲੈ, ਡਾਕਟਰ ਨੇ ਦੋ ਦਾਤੀਆਂ ਦਾ ਉਹਨੇ ਚੁੱਕ ਚੱਕ ਲਿਆ, ਮੈਂ ਪੁੱਛਾਂ ਵੀ ਕਿਹੜੀ ਆ। ਦਾਦਾ ਤੈਨੂੰ ਕਿਹੜੀਆਂ ਮੇਰੇ?